गेट खड़का ले तक कुंडा नहीं खोलना होगा, गेट ला के रखी। ठीक है जी, लगा लेने। पूरी गौर रखनी पूगी, लोग लाच दे के ना टीमिया भजा के लै जाते। हाँ यार, मैनू भी यही डर लगता भी कितों हो ही ना जे कोई, पर वो हैगी साहु जी वा। वो इतों तुम मार खाने हो, जो साहू होंगे ना उही कांड कर दिया नेगियाँ, वो तो सिर्फ साहू ना नाटक करते हैं। तू थोड़ा सख्ती रखा करो तो रोब ना रहा कर, जो तू डरती रहे हो। गल तेरी सही है, मैं वो पूरा रोब रखा करूँगा। नाले एक गल होर, बाले लाड़ दे लड़ाई नहीं तो जनानी झुड्डू समझ लग जाती है। ओए ना ना, सवाल ही नहीं पैदा होता, मैं तो पूरे रोब नाल गल कराया करूँगा। नाले एक गल होर, तू तो कम जन घोचा कढ़दा रहा कर, कदे कदे घर दाल नहीं वधिया बनाई, कदे कदे घर सफाई नहीं वधिया कीती। मैं अजे आके ना पूरा सख्त माहौल कर दूं। अंदर गेट ही नहीं खोल रही, पक्का कोई गड़बड़ा। अज नहीं छड़ता, अज तक पासा करके रहूंगा। तू इतने खड़ी की करती है, तेरू सुनता नहीं है मैं कदों का गेट खड़का रहा। तुसी उधर कहा थी कोई जिन्ना मर्जी गेट खड़काई जावे, तू गेट नहीं खोलना। मैं तो ताही नहीं खोल लिया। ओए मोटे दिमाग दिए, मैं तेनू ऐ कहा सी भी जे कोई होर आवे उन्हूं नहीं गेट खोलना। मैं तेनू आपदे वास थोड़ा कहा सी भी मैनू ही कुंडा ला के रख दी। लै मैनू कड़ा सुपना हुंदा भी तुसी आए हो कि कोई होर आया। ठीक है, खड़ जो खोल दी है। ओ मेरे साले दी बहुती काली उत्तर तो लैन दिंदी। अड़े बना लाया अंदर, पूरे खड़ी की करती है। Thank you.
ਕੀ ਦੇ ਨੇ ਹੱਦ ਕਰਦੇ ਹੋ ਕਿਹੜੀਆਂ ਪੈੜਾਂ ਮੈਂ ਹੁਣੇ ਤਾਂ ਪੋਚਾ ਲਾ ਕੇ ਹਟੀ ਆ ਅੱਛਾ ਮੇਰੇ ਆਉਣ ਤੋਂ ਪਹਿਲਾਂ ਪੋਚਾ ਵੀ ਲਾਤਾ ਵੀ ਕਿਤੇ ਨੂੰ ਪੈੜਾਂ ਨਾ ਦਿਖ ਜਾਣਾ ਕਿਹੜੀਆਂ ਪੈੜਾਂ ਕਿਹੜੀਆਂ ਪੈੜਾਂ ਦੀ ਗੱਲ ਕਰਦੇ ਹੋ ਤੁਸੀਂ ਉਹ ਤੁਸੀਂ ਮੈਨੂੰ ਪਾਗਲ ਨਾ ਕਰਦੇ ਹੋ ਰੋਵ ਰੱਖਾਂ ਇਤੇ ਮੇਰੇ ਮੂੰਹ ਵੱਲ ਖੜੀ ਕੀ ਦੇਖਦੀ ਆ ਤੈਨੂੰ ਇਹਨਾਂ ਨਹੀਂ ਪਤਾ ਵੀ ਘਰ ਵਾਲਾ ਡਿਊਟੀ ਤੋਂ ਆਉਂਦਾ ਤਾਂ ਉਹਨੂੰ ਚਾਹ ਪਾਣੀ ਪੁੱਛੀਦਾ ਪਾਣੀ ਤੇਰਾ ਪਿਓ ਲੈ ਕੇ ਦਊਗਾ ਘਰ ਵਾਲੇ ਦੇ ਪਾਣੀ ਪੀਣ ਦੇ ਲੱਛਣ ਵੀ ਤਾਂ ਹੋਣੇ ਚਾਹੀਦੇ ਨੇ ਤੁਸੀਂ ਤਾਂ ਆਉਂਦੇ ਨਹੀਂ ਚੈਕਿੰਗ ਸ਼ੁਰੂ ਕਰਤੀ ਅੱਛਾ ਤੈਨੂੰ ਮੇਰੀ ਚੈਕਿੰਗ ਤੋਂ ਪ੍ਰੋਬਲਮ ਆ ਡਰ ਹੋਣਾ ਕੋਈ ਵੀ ਕਿਤੇ ਕੁਝ ਪਤਾ ਹੀ ਨਾ ਲੱਗ ਜੇ ਹੱਦ ਕਰ ਦਿਓ ਮੈਨੂੰ ਕਦਾ ਡਰ ਹੈ ਭਾਵੇਂ ਸਾਰੀ ਰਾਤ ਚੈਕਿੰਗ ਕਰੀ ਜਾਇਆ ਕਰੋ ਸੋਇਆ ਵੀ ਨਾ ਕਰੋ हाय रब्बा एक एहो जा पल्ले पै गया मेरे सारा दिन शक के करता रहिंदा मैं तो ब्याह करा के पंगा ही ले लिया कित्थे कित्थे राखी रखूं इहदी ड्यूटी भी जाना हुंदा ब्याह नाल तां मैं कुंवारा ही चंगा सी किहदे बारे सोचदी आ बैठी अपने माँ बाप बारे सोचती हाँ जिन्होंने तेरे लड़ ला के ना मैंने टोकता ओ हाँ भी करती फिर घर वाले सरताई के नहीं हाँ फुल सरताई गरीबी आ हुण तां मैं रोज जाके चैकिंग करदा ਉਹ ਆਪਣੇ ਡਿਪਾਰਟਮੈਂਟ 'ਚ ਪਹਿਲਾਂ ਹੁੰਦਾ ਸੀ ਕਲਰਕ ਉਹਨੇ ਆਪਦੀ ਘਰ ਵਾਲੀ ਦੇ ਫੁੱਲ ਸਖਤਾਈ ਕਰੀ ਹੋਈ ਸੀਗੀ ਜਾ ਕੇ ਚੈੱਕ ਵੀ ਕਰਦਾ ਹੁੰਦਾ ਸੀ ਪਰ ਜਦੋਂ ਉਹ ਘਰੋਂ ਬਾਹਰ ਆਉਂਦੇ ਨਾ ਡਿਊਟੀ 'ਤੇ ਜਦੀ ਉਹਦੀ ਘਰ ਵਾਲੀ ਆਪਦੇ ਆਸਕ ਨੂੰ ਘਰੇ ਬੁਲਾ ਲੈਂਦੀ ਸੀ ਫਿਰ ਤਾਂ ਬਹੁਤ ਗਲਤ ਕਰਦੀ ਯਾਰ ਉਹਦੀ ਘਰ ਵਾਲੀ ਦੀ ਉਹ ਲੈ ਇੱਕ ਗੱਲ ਮੇਰੀ ਹੋਰ ਵੀ ਸੁਣ ਲਾ ਫੋਨ ਵੀ ਸਵਿੱਚ ਆਫ ਕਰ ਦਿੰਦੀ ਵੀ ਕਿਤੇ ਵੀਡੀਓ ਕਾਲ ਨਾ ਕਰ ਲੈ ਉਹ ਹੁਣ ਕਿੱਥੇ ਚੱਲਿਆ ਕੰਮ ਆ ਮੈਂ ਹੁਣੇ ਆਇਆ The number you're calling is currently switched off. Please try later. ਮੈਨੂੰ ਲੱਗਦਾ ਨਹੀਂ ਜ਼ਿਆਦਾ ਭੋਲਾ ਬਿੱਟੂ ਦੀ ਗੱਲ ਜਮਾ ਹੀ ਸਹੀ ਆ ਮੈਨੂੰ ਘਰੇ ਜਾ ਕੇ ਦੇਖਣਾ ਚਾਹੀਦਾ ਛੇਤੀ ਆ ਗਏ ਜਲਦੀ ਛੁੱਟੀ ਹੋ ਗਈ ਅੱਜ ਛੁੱਟੀ ਕਿਹਨੂੰ ਜਲਦੀ ਹੋ ਗਈ ਮੈਂ ਤਾਂ ਕੋਈ ਕੰਮ ਗਿਆ ਸੀ ਉਹ ਕੰਮ ਛੇਤੀ ਹੋ ਗਿਆ ਮੈਂ ਸੋਚਿਆ ਜਾਂਦਾ ਜਾਂਦਾ ਘਰੇ ਵੀ ਗੇੜਾ ਮਾਰ ਜਾ ਅੱਛਾ ਤੇਰਾ ਫੋਨ ਕਦੋਂ ਬੰਦ ਆ ਰਿਹਾ ਬੈਟਰੀ ਲੋ ਹੋ ਗਈ ਹੋਣੀ ਤਾਂ ਬੰਦ ਹੋ ਗਿਆ ਹੋਣਾ ਮੈਂ ਤਾਂ ਸੁੱਤੀ ਪਈ ਸੀ ਬਾਹਰ ਆ ਕੇ ਦੇਖਿਆ ਤਾਂ ਮੌਸਮ ਚੰਗਾ ਸੀ ਮੈਂ ਇੱਥੇ ਆ ਕੇ ਖੜ ਗਈ ਬੈਟਰੀ ਲੋ ਹੋ ਗਈ ਕਿ ਜਾਣ ਕੇ ਬੰਦ ਕਰਤਾ ਹਾਂ ਜਾਣ ਕੇ ਬੰਦ ਕੀਤਾ ਸੀ ਕਰ ਲਓ ਜੋ ਕਰਨਾ ਹੈ ਉਹ ਫੋਨ ਵੀ ਸਵਿੱਚ ਆਫ ਕਰਕੇ ਰੱਖ ਦਿੰਦੀ ਵੀ ਕਿਤੇ ਵੀਡੀਓ ਕਾਲ ਨਾ ਕਰ ਲੈ ਬੈਟਰੀ ਲੋ ਆ ਇਹਨੂੰ ਚਾਰਜ ਕਰਕੇ ਰੱਖਿਆ ਕਰ ਮੈਨੂੰ ਤੇਰੀ ਫਿਕਰ ਹੋ ਰਹੀ ਸੀ ਹਾਂ ਹਾਂ ਫਿਕਰ ਕਾਹਨੂੰ ਸ਼ੱਕ ਹੋ ਰਿਹਾ ਸੀ ਤੁਹਾਨੂੰ ਤਾਂ ਹੀ ਤਾਂ ਡਿਊਟੀ ਵਿੱਚੋਂ ਛੱਡ ਕੇ ਛੇਤੀ ਘਰੇ ਆ ਗਏ ਉਹ ਹਾਂ ਵੀ ਕਰਿਆ ਕੰਮ ਹਾਂ ਹਾਂ ਕਰਿਆ ਮੈਨੂੰ ਤਾਂ ਲੱਗਦਾ ਤੂੰ ਘਰੇ ਗਿਆ ਹੋਵੇਂਗਾ ਓਏ ਹਾਂ ਯਾਰ ਤੈਥੋਂ ਕੀ ਲੋਕਾ ਮੈਂ ਤਾਂ ਘਰੇ ਹੀ ਗਿਆ ਸੀ ਉਹ ਸੁੱਤੀ ਪਈ ਸੀ ਫੋਨ ਦੀ ਉਹਦੀ ਬੈਟਰੀ ਲੋ ਸੀ ਇੱਥੋਂ ਤਾਂ ਯਾਰ ਬੰਦਾ ਮਾਰ ਖਾਂਦਾ ਅੱਜ ਕੱਲ੍ਹ ਜਨਾਨੀਆਂ ਬਹੁਤ ਚੁਸਤ ਚਲਾਕ ਨੇਗੀਆਂ ਫੋਨ ਚਾਰਜ ਨਹੀਂ ਕਰਦੀਆਂ ਵੀ ਦਿਨੇ ਆਪੇ ਬੰਦ ਹੋ ਜੂ ਤੇਰੇ ਵਰਗਾ ਭੋਲਾ ਬਣ ਜਾਂਦਾ ਅੱਛਾ ਐਂ ਵੀ ਹੋ ਜਾਂਦਾ ਕੋਈ ਨਾ ਫਿਰ ਮੈਂ ਕੱਲ੍ਹ ਤੋਂ ਗੌਰ ਨਾਲ ਆਪੇ ਫੋਨ ਚਾਰਜ ਕਰਿਆ ਕਰੂੰ ਉਹਦਾ ਉਹ ਸਵੇਰੇ ਉੱਠ ਕੇ
ਉਹ ਫੋਨ ਚਾਰਜ ਚੂਰਜ ਕਰਕੇ ਕੁਛ ਨਹੀਂ ਬਣਨਾ। ਮੇਰੀ ਗੱਲ ਮੰਨ ਇੱਕ, ਤੂੰ ਘਰ 'ਚ CCD ਕੈਮਰਾ ਲਵਾ ਦੇ, ਫੋਨ ਨਾਲ ਅਟੈਚ ਕਰਾ ਲਾ, ਇੱਥੇ ਬੈਠਾ ਦੇਖੀ ਜਾਇਆ ਕਰੀ। ਗੱਲ ਤੇਰੀ ਇਹ ਵੀ ਸਹੀ ਆ, ਸਹੀ ਗੱਲ ਤਾਂ ਦੋ ਗਲਾਸ ਚਾਹ ਦੇ ਬਣਾ ਦੇ। ਦੋ ਗਲਾਸ ਕਿਉਂ, ਦੋ ਗਲਾਸ ਕੀ ਕਰਨੇ ਨੇ, ਅੱਜ ਚਾਹ ਦੀ ਜ਼ਿਆਦਾ ਤੋੜ ਲੱਗੀ ਹੈ ਤੁਹਾਨੂੰ। ਪਰ ਨਹੀਂ, ਕਿਸੇ ਨੇ ਆਉਣਾ ਅੱਜ, ਇੱਕ ਹੋਰੇ ਹੋ ਜੂਗਾ, ਇੱਕ ਹੋ ਜੂਗਾ ਇੱਥੇ, ਅਤੇ ਇੱਕ ਮੇਨ ਗੇਟ 'ਤੇ ਲਵਾ ਦਿੰਦੇ ਹਾਂ, ਦੋ ਹੋ ਜਾਣਗੇ ਅੰਦਰ। ਕੀ ਬੋਲੀ ਜਾਂਦੇ ਹੋ, ਮੇਰੇ ਤਾਂ ਸਿਰ ਦੇ ਉੱਤੋਂ ਦੀ ਲੰਘ ਰਿਹਾ ਸਾਰਾ ਕੁਛ। ਪਰ ਮੈਂ ਘਰ 'ਚ CCTV ਕੈਮਰੇ ਲਵਾ ਰਿਹਾ, ਤੈਨੂੰ ਤਾਂ ਪਤਾ ਹੀ ਹੈ ਚੋਰੀਆਂ ਕਿੰਨੀਆਂ ਵੱਧ ਗਈਆਂ। ਚੋਰੀਆਂ ਕਾਹਨੂੰ ਵੱਧ ਗਈਆਂ, ਮੇਰੇ 'ਤੇ ਨਿਗਰਾਨੀ ਰੱਖਣ ਲਈ ਲਗਵਾ ਰਹੇ ਹੋ, ਹੈ ਨਾ। ਓਹੋ, ਮੈਂ ਤੇਰੀ ਕਾਹਦੀ ਨਿਗਰਾਨੀ ਰੱਖਣੀ ਹੈ, ਮੈਂ ਤਾਂ ਆਹ ਘਰ ਦੀ ਸੇਫਟੀ ਵਾਸਤੇ ਲਵਾ ਰਿਹਾ। ਠੀਕ ਹੈ, ਲਗਵਾ ਲਓ, ਵੈਸੇ ਵੀ ਮੈਨੂੰ ਕੀ ਦਿੱਕਤ ਹੋ ਸਕਦੀ ਹੈ। ਬਈ ਹਾਂ, ਤਾਂ ਨਜ਼ਾਰਾ ਹੀ ਆ ਗਿਆ, ਇੱਥੇ ਬੈਠੇ ਬਿਠਾਈ ਸਾਰੇ ਘਰ ਦੀ ਰਾਖੀ ਰੱਖ ਰਿਹਾ ਮੈਂ। ਉਹ ਬਾਲਾ ਖੁਸ਼ ਨਾ ਹੋ, ਕਈ ਵਾਰ ਨੈੱਟਵਰਕ ਦਾ ਬਹਾਨਾ ਬਣਾ ਕੇ ਨਾ ਜਨਾਨੀਆਂ ਕੈਮਰੇ ਬੰਦ ਕਰ ਦਿੰਦੇ, ਫਿਰ ਤੈਨੂੰ ਪਤਾ ਹੀ ਆ ਇੰਨੇ 'ਚ ਕੁਛ ਵੀ ਹੋ ਸਕਦਾ। ਅੱਛਾ ਯਾਰ, ਇਹ ਤਾਂ ਫਿਰ ਬਹੁਤ ਵੱਡਾ ਧੋਖਾ, ਮੈਂ ਤਾਂ ਆਪਦੀ ਅੱਧੀ ਤਨਖਾਹ ਵੀ ਕੈਮਰਿਆਂ 'ਤੇ ਲਾ ਬੈਠਿਆ। ਤੈਨੂੰ ਪਤਾ ਨਾਲੇ ਬੈਂਕਾਂ 'ਚ ਕਿੰਨੇ ਕੈਮਰੇ ਲੱਗੇ ਹੁੰਦੇ ਨੇ, ਫਿਰ ਵੀ ਡਕੈਤੀ ਹੋ ਜਾਂਦੀ ਆ, ਇਹਨਾਂ 'ਤੇ ਬਾਲਾ ਭਰੋਸਾ ਨਾ ਕਰੀ, ਆਪਦੀ ਚੌਕਸੀ ਵਰਤੀ ਵੀਰੇ। ਅੱਛਾ, ਫਿਰ ਮੈਂ ਐਵੇਂ ਕਰਦਾ, ਇੱਕ ਸਿਕਿਉਰਿਟੀ ਗਾਰਡ ਰੱਖ ਲੈਂਦਾ, ਸਾਰੇ ਘਰ ਦੀਆਂ ਨਿਗਰਾਨੀ ਰੱਖਿਆ ਕਰੂਗਾ। ਉਹ ਇਹ ਸਕੀਮ ਵੀ ਫੇਲ ਆ ਤੇਰੀ, ਜਿਹੜਾ ਤੂੰ ਸਿਕਿਉਰਿਟੀ ਗਾਰਡ ਰੱਖਣ ਫਿਰਦਾ, ਉਹ 'ਤੇ ਕਿਹੜਾ ਤੈਨੂੰ ਯਕੀਨ ਆ, ਉਹ ਵੀ ਤੈਨੂੰ ਧੋਖਾ ਦੇ ਸਕਦਾ, ਆਪਣੇ ਦੁਕਾਨ ਵਾਲੇ ਦੀ, ਉਹਦੀ ਘਰਵਾਲੀ ਨੂੰ ਸਿਕਿਉਰਿਟੀ ਗਾਰਡ ਭਜਾ ਕੇ ਲੈ ਕੇ ਗਿਆ ਸੀ। ਫਿਰ ਯਾਰ ਮੈਂ ਕਰਾਂ ਤਾਂ ਕੀ ਕਰਾਂ, ਚੱਲ ਮੈਂ ਐਵੇਂ ਕਰਦਾ, ਸਿਕਿਉਰਿਟੀ ਗਾਰਡ ਮੁੰਡਾ ਨਹੀਂ ਕੁੜੀ ਰੱਖ ਲੈਂਦਾ। ਉਹ ਬੱਲੇ ਹੋ ਤੇਰੇ, ਤੂੰ ਤਾਂ ਯਾਰ ਜਮੀ ਭੋਲਾ ਗਾ, ਉਹ ਸਾਡੇ ਗੁਆਂਢੀਆਂ ਦੀ ਵੀ ਕੁੜੀ ਰੱਖੀ ਹੁੰਦੀ ਸੀ, ਨਾਲ ਤੋਂ ਆਪਦੇ ਯਾਰ ਨੂੰ ਬੁਲਾ ਲੈਂਦੀ, ਨਾਲੇ ਸਾਡੀ ਗੁਆਂਢਾਂ ਦੀ ਗੱਲ ਕਰਾ ਦੀ ਕਿਸੇ ਨਾਲ, ਇਹ ਤਾਂ ਦੋ ਦੋ ਕੰਮ ਕਰਦੇ ਨੇ, ਤਨਖਾਹ ਲੈਂਦੇ ਨੇ ਨਾਲੇ ਵਿਚੋਲਗਿਰੀ। ਫਿਰ ਕੀ ਕਰਾਂ ਯਾਰ, ਕੋਈ ਹੱਲ ਏ ਨਹੀਂ, ਜਾਂ ਤਾਂ ਮੈਂ ਆਪ ਨੌਕਰੀ ਛੱਡ ਦਿੰਦਾ, ਨਹੀਂ ਉਹਨੂੰ ਵੀ ਨੌਕਰੀ ਦਿਲਵਾਉਣਾ, ਫਿਰ ਦੋਨੇ ਘਰੇ ਇਕੱਠੇ ਆਇਆ ਕਰਾਂਗੇ। ਕੋਈ ਨੌਕਰੀ ਕਰਾਉਣ ਵਾਲੀ ਗਲਤੀ ਨਾ ਕਰ ਲਈ, ਅੱਜ ਕੱਲ੍ਹ ਜਨਾਨੀਆਂ ਅੱਖ 'ਚ ਮਿੱਟੀ ਮੋਣ ਨਾ ਮਿੰਟ ਲਾਉਂਦੀਆਂ ਨੇ, ਤੈਨੂੰ ਕਹਿੰਦੇ ਕਰੂੰ ਮੈਂ ਡਿਊਟੀ ਜਾਣੀ ਆ, ਫਿਰੀ ਕਿਤੇ ਹੋਰ ਜਾਇਆ ਕਰੂਗੀ ਉਹ। ਇਹ ਵੀ ਗੱਲ ਸਹੀ ਆ, ਤਾਂ ਨੌਕਰੀ ਵਾਲਾ ਕੰਮ ਤਾਂ ਜਮਾਂ ਹੀ ਠੀਕ ਨਹੀਂ। ਦੁੱਧ ਕਿਵੇਂ ਕਸਮੇਲਾ ਕਸਮੇਲਾ ਜਿਹਾ ਲੱਗਦਾ, ਕਿਤੇ ਕੁਛ ਪਾਏ ਨਾ ਲਿਆਈ ਹੋਵੇ। ਐਂ ਕਰ, ਆਹ ਤੇਰਾ ਗਲਾਸ ਮੈਨੂੰ ਦੇ, ਤੂੰ ਆ ਲਾ ਲਾ। ਨਹੀਂ ਨਹੀਂ, ਤੁਸੀਂ ਇਹੀ ਪੀਓ, ਤੁਸੀਂ ਤਾਂ ਮਿੱਠਾ ਪੀਂਦੇ ਹੋ ਨਾ, ਮੇਰੇ ਵਾਲਾ ਤਾਂ ਫਿੱਕਾ ਹੈ। ਨਹੀਂ ਨਹੀਂ, ਅੱਜ ਮੇਰਾ ਫਿੱਕਾ ਹੀ ਪੀਣ ਨੂੰ ਦਿਲ ਕਰਦਾ। ਚਲੋ ਠੀਕ ਹੈ, ਫਿਰ ਮੈਂ ਤੁਹਾਡੇ ਲਈ ਹੋਰ ਬਣਾ ਲੈਂਦੀ ਹਾਂ, ਮੇਰੇ ਵਾਲਾ ਤਾਂ ਝੂਠਾ ਹੈ ਨਾ। ਉਹ ਨਹੀਂ ਨਹੀਂ, ਮੇਰਾ ਤੇਰਾ ਜੂਠਾ ਪੀਣ ਨੂੰ ਦਿਲ ਕਰਦਾ, ਮੈਂ ਅੱਜ ਤੇਰਾ ਜੂਠਾ ਹੀ ਪੀਊਂਗਾ। ਕਮਾਲ ਕਰਦੇ ਹੋ, ਠੀਕ ਹੈ ਆ ਫੜੋ। ਫੜ ਤੂੰ ਇਹ ਵੀ। ਮੇਰਾ ਨਾ ਘਰੇ ਇਕੱਲੀ ਦਾ ਜੀ ਨਹੀਂ ਲੱਗਦਾ, ਤੁਸੀਂ ਮੈਨੂੰ ਵੀ ਕੋਈ ਨੌਕਰੀ 'ਤੇ ਲਵਾ ਦਿਓ, ਮੇਰਾ ਵੀ ਨਾਲੇ ਟਾਈਮ ਪਾਸ ਜਿਹਾ ਹੋ ਜਾ ਕਰੂਗਾ। ਉਹ ਨਹੀਂ ਨਹੀਂ, ਤੂੰ ਰਹਿਣ ਦੇ, ਕਿਧਰ ਨਹੀਂ ਤੇਰੀ ਨੌਕਰੀ ਬਿਨਾਂ ਮੇਰਾ ਗੱਡਾ ਖੜਾ, ਜੈਲਦਾਰਾਂ ਦੀ ਬਹੂ ਨੌਕਰੀ ਉਹ ਕਰਦੀ ਸੀ, ਹੁਣ ਤੱਕ ਨਹੀਂ ਪਤਾ ਲੱਗਿਆ ਵੀ ਕਿੱਥੇ ਆ। ਤੁਹਾਡੇ ਆਹ ਸ਼ੱਕੀ ਸੁਭਾਅ ਨੇ ਨਾ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ, ਮਰਜੇ ਉਹ ਵਿਚੋਲਾ ਜਿਹਨੇ ਮੇਰਾ ਰਿਸ਼ਤਾ ਤੁਹਾਡੇ ਨਾਲ ਕਰਾਤਾ। ਉਹ ਚੱਲ ਹੁਣ ਮਾਰ ਗੁੱਸੇ ਨੂੰ, ਮੈਨੂੰ ਐਂ ਦੱਸ ਤੈਨੂੰ ਕਲੀਨ ਸੇਵ ਮੁੰਡੇ ਕਿਵੇਂ ਲੱਗਦੇ ਨੇ। ਕਿਵੇਂ ਲੱਗਦੇ ਨੇ, ਨਵੇਂ ਅੱਗ ਲਾਣਾ ਕਲੀਨ ਸੇਵ ਮੁੰਡਿਆਂ ਨੂੰ। ਓਹੋ, ਮੈਂ ਤਾਂ ਪੁੱਛਦਾ ਵੀ ਇਹ ਤੈਨੂੰ ਕਲੀਨ ਸੇਵ ਮੁੰਡੇ ਪਸੰਦ ਨੇ, ਫਿਰ ਮੈਂ ਸੇਵ ਹੀ ਕਰਾਇਆਉਂਗਾ। ਉਹ ਤੂੰ ਰਹਿਣ ਦੇ, ਐਵੇਂ ਸ਼ੱਕ ਦੇ ਚੱਕਰ 'ਚ ਨਾ ਆਪਣੀ ਬੂਥੀ ਨਾ ਵਿਗਾੜ ਕੇ ਆ ਜੀ। ਵੈਸੇ ਅੱਜ ਕੱਲ੍ਹ ਤੂੰ ਸਕਿੰਨੀ ਬਹੁਤ ਆੜ ਕੇ ਰੱਖਦੀ ਹੈ, ਘਰੇ ਇੰਨੀ ਸਕਿੰਨੀ ਚੰਗੀ ਨਹੀਂ ਹੁੰਦੀ। ਨਾ ਹੁਣ ਨਾ ਧੋ ਕੇ ਸਿਰ ਵਾਉਣਾ ਵੀ ਛੱਡਦਾ, ਸ਼ਕੀਨੀ ਨੂੰ ਦੱਸ ਮੈਂ ਕਿਹੜਾ ਰਾਣੀ ਹਰਪਾਲ ਘੁੰਮਦੀ ਆ ਘਰ 'ਚ, ਉਂਝ ਤਾਂ ਨਹੀਂ ਮੈਂ ਕਿਤੇ ਜਾਂਦੀ, ਪਰ ਆਪਣੇ ਸ਼ੱਕ ਦੇ ਸੁਭਾਅ 'ਚ ਨਾ ਮੈਨੂੰ ਭਜਾ ਕੇ ਬਹਿ ਜੀ, ਤੈਨੂੰ ਤਾਂ ਹੋਰ ਜੁੜਨੀ ਵੀ ਨਹੀਂ। ਯਾਰ ਨਾਲੇ ਕਹਿੰਦੇ ਆ ਗੂਗਲ 'ਤੇ ਜੋ ਮਰਜ਼ੀ ਸਰਚ ਮਾਰੋ ਉਹੀ ਖੁੱਲ੍ਹਦਾ, ਆਹ ਤਾਂ ਖੁੱਲ੍ਹ ਨਹੀਂ ਰਿਹਾ। ਕੀ ਲੱਭੀ ਜਾਂਦਾ? ਉਹ ਮੈਂ ਤਾਂ ਘਰ ਵਾਲੀ ਦੀ ਰਾਖੀ ਰੱਖਣ ਦੇ ਤਰੀਕੇ ਲੱਭ ਰਿਹਾ, ਇੱਥੇ ਕੁਛ ਹੋਰ ਹੀ ਖੁੱਲ੍ਹ ਜਾਂਦਾ, ਘਰ ਵਾਲੀ ਦਾ ਨੌਕਰ ਨਾਲ ਚੱਕਰ, ਘਰ ਵਾਲੀ ਦਾ ਦੋਚੀ ਨਾਲ, ਯਾਰ ਕੀ ਹੈ, ਉਹ ਤਾਂ ਖੁੱਲ੍ਹ ਨਹੀਂ ਰਿਹਾ। ਮੈਂ ਤੈਨੂੰ ਤਾਂ ਹੀ ਕਹਿਣਾ ਘਰ ਵਾਲੀ ਦੀ ਰਾਖੀ ਰੱਖਿਆ ਕਰ, ਅੱਜ ਕੱਲ੍ਹ ਜ਼ਮਾਨਾ ਬਹੁਤ ਖਰਾਬ ਆ, ਤੇਰੇ ਵਾਲੀ ਤਾਂ ਹੈਗੀ ਵੀ ਵੀਰੇ ਚੱਕਮੀ ਜੀ ਆ। ਤੈਨੂੰ ਕਿਵੇਂ ਪਤਾ ਲੱਗਿਆ ਯਾਰ ਵੀ ਉਹ ਚੱਕਮੀ ਆ? ਉਹ ਮੈਂ ਤਾਂ ਅੱਖ ਦੇਖ ਕੇ ਬੰਦਾ ਪਛਾਣ ਲੈਂਦਾ।
यार मैं तो हर टाइम उहदे कोल रहिणा, मैनूं तां पता नहीं लग्गिआ वी उह चकमी है। वैसे चकमी हुंदी किवें आ? चकमी तां हुंदी आ जिहड़ी बड़ा मेकअप जिहा ला के रखे, हर टाइम गुत्त नूं मूहरे सिट के रखे। अच्छा अच्छा, ताहीं उह मेरे वाली ना गुत्त नूं मूहरे ही रखदी है, मैं कदे गौर नहीं कीती वी इह चकमी आ। तू तो यार बाला भोला, तेन तो मैं ता ही समझा भी कि मार खा जी। ओए नहीं नहीं, हूँ नहीं मैं मार खाता, हूँ तो मेरी पूरी निगरानी रखी है वो। बस तू उसकी हरेक गल सीरीयस ली, जिमें वो कहती उल्ट करी, फिर देखी तू सैट रही जनानी। वैसे यार ब्याह करा के भी काम औखा ही आ, इन्नी पहरेदारी करनी कड़ा सौखी पई है, बंदा आपके घर च फ्री का चौकीदार लग के आता। तो लोग ब्याह कराने नहीं, तेरे वर्ग के भोल ही फसते हैं ब्याह के चक्कर च, आपका तो ब्याह करा नहीं, तेरे वर्ग के सेड़ते फिरी जाते हैं। वह कितने रह गई यार, चाह पानी भी लिया दे कर। ਮੈਂ ਗੇਟ ਚੀਲ ਖੜਦਾ ਕਰਾਂ ਤੇਰੇ ਵਾਸਤੇ ਟਰੇ ਲੈ ਕੇ, ਹੈ ਆਉਂਦਾ ਬਾਅਦ ਚ ਪਾਣੀ ਪਣੀ ਪਹਿਲਾਂ ਕਰਨ ਲੱਗ ਜਾਂਦਾ। ਆਹ ਗੁੱਤੀ ਮੂਹਰੇ ਕਦੋਂ ਕਰਕੇ ਰੱਖਦੇ ਹੁੰਦੀ ਆ, ਪਿੱਛੇ ਕਿਉਂ ਗਰਮੀ ਹੁੰਦੀ ਆ? ਮੈਂ ਤਾਂ ਕੁਵਾਰੀ ਹੁੰਦੀ ਤੋਂ ਹੀ ਗੁੱਤ ਅੱਗੇ ਰੱਖਦੀ ਹੁੰਦੀ ਆ। ਅੱਛਾ, ਮੈਂ ਹੀ ਪਛਾਣਨ ਤੈਨੂੰ ਗਲਤੀ ਕਰ ਗਿਆ, ਤੂੰ ਤਾਂ ਚੱਕਵੀ ਆ ਚੱਕਵੀ। ਹੁਣ ਮੇਰੀ ਗੁੱਤ ਤੋਂ ਫਿਰ ਪ੍ਰੋਬਲਮ ਹੋਣ ਲੱਗ ਗਈ। ਹਾਂ ਮੈਨੂੰ ਤੇਰੀ ਗੁੱਤ ਤੋਂ ਫੁੱਲ ਪ੍ਰੋਬਲਮ ਆ, ਇਹਨੂੰ ਪਿੱਛੇ ਕਰਕੇ ਰੱਖਿਆ ਕਰ। ਸਾਡੇ ਪਿੰਡ ਵਾਲੇ ਜੈਲੇ ਦੀ ਕੁੜੀ ਗੁੱਤੇ ਮੂਹਰੇ ਰੱਖ ਦਿੰਦੀ ਸੀ, ਬਸ ਫਿਰ ਉਹਦੇ ਪਤਾ ਲੱਗਿਆ ਜਦੋਂ ਦੁੱਧ ਵਾਲੇ ਨਾਲ ਭੱਜ ਗਈ। हां सच, मेरे ना भाई ने लेन आना, मम्मी होरी कहंदे सी वी 10 दिन ला जा। एदा की पता है, पेक्यां दा बहाना मार के किते होरे चली जावे, नाले उत्थे कौन राखी रखू एदी, ए तां उत्थे वारा गो वांगू फिरी जाऊगी। की गल है, तुसी चुप्पे कर गए, कुछ बोलो तां सही। मैं तैनूं कल्ली नूं कोई नहीं जाण दिंदा, मेरा मतलब है जिन्ने दिन तू उत्थे रहेंगी मैं भी उन्ने दिन उत्थे तेरे नाल ही रहूंगा। यार हद होगी, उत्थे जाके ना मैं थोड़ी सेवा च ही लगी रहूंगी, फिर मैं ऐश कदों करूंगी, इत्थे भी थोड़ी सेवा ते उत्थे भी थोड़ी सेवा, ए तो चंगा है ते मैं जांदी होनी, मैं इत्थे ही रहनी आ। अच्छा तेनू मेरे नाल जाण तों दिक्कत है, फिर तू पेकी नहीं, फिर तां तू किते होर जाणा होणा ऐश करन। ओ शर्म कर लो शर्म, हुण मैं व्याही वरी ने जाणा किथे है। जवाना बहुत खराब है, अज कल कुआरियां कुड़ियां नालों व्याहियां दा ज्यादा फिक्र है। ਇਹ ਤਾਂ ਲਾਈ ਲੱਗ ਗਿਆ, ਪੱਕਾ ਇਹਨੂੰ ਕੋਈ ਨਾ ਸਿਖਾ ਕੇ ਭੇਜ ਰਿਹਾ ਹੋਣਾ, ਕੌਣ ਹੋ ਸਕਦਾ ਹੈ ਹਰਾਮਜ਼ਾਦਾ। ਜੀ ਮੈਨੂੰ ਇੱਕ ਗੱਲ ਦੱਸੋ, ਉੱਥੇ ਤੁਹਾਡਾ ਪੱਕਾ ਅੜੀ ਕਿਹੜਾ ਜਿਹੜਾ ਤੁਹਾਡੇ ਨਾਲ ਹਰ ਦੁੱਖ ਸੁੱਖ ਸਾਂਝੇ ਕਰਦਾ? ਲੈ ਤੈਨੂੰ ਨਹੀਂ ਪਤਾ, ਉਹ ਇੱਕੋ ਤਾਂ ਹੈਗਾ ਮੇਰਾ ਜਿਗਰੀ ਯਾਰ ਬਿੱਟੂ, ਓਏ ਉਹਨੇ ਤਾਂ ਮੇਰਾ ਘਰ ਵਜਾ ਰੱਖਿਆ ਹੈ, ਜੋ ਮੈਨੂੰ ਸਕੀਮਾਂ ਨਾ ਦਿੰਦਾ ਹੁਣ ਤੱਕ ਤਾਂ ਤੂੰ ਤਿੱਤਰ ਹੋ ਗਈ ਹੁੰਦੀ। ਅੱਛਾ ਜੀ, ਤੁਸੀਂ ਉਹਨੂੰ ਨਾ ਬਾਹਲਾ ਨਾ ਬੁਲਾਇਆ ਕਰੋ, ਉਹ ਨਾ ਬੰਦਾ ਠੀਕ ਨਹੀਂ ਹੈਗਾ। ਉਹ ਕਿਹੋ ਜਿਹੀ ਗੱਲਾਂ ਕਰਦੀ ਹੈ, ਉਹ ਤਾਂ ਬਹੁਤ ਵਧੀਆ ਬੰਦਾ, ਉਹ ਤਾਂ ਅੱਖ ਦੇਖ ਕੇ ਬੰਦਾ ਪਛਾਣ ਲੈਂਦਾ। ਹਾਂ ਹਾਂ, ਤਾਂ ਹੀ ਤਾਂ ਮੈਂ ਕਹਿੰਦੀ ਹਾਂ ਉਹ ਨਾ ਅੱਖ ਦੇਖ ਕੇ ਬੰਦਾ ਪਛਾਣ ਲੈਂਦਾ, ਅਤੇ ਉਹਨੇ ਨਾ ਤੁਹਾਨੂੰ ਪਛਾਣ ਰੱਖਿਆ ਕਿ ਤੁਸੀਂ ਨਾ ਬਹੁਤ ਭੋਲੇ ਬੰਦੇ ਹੋ, ਤਾਂ ਹੀ ਤਾਂ ਮੈਨੂੰ ਕੁਛ ਹੋਰ ਕਹਿੰਦਾ ਅਤੇ ਤੁਹਾਨੂੰ ਕੁਛ ਹੋਰ ਕਹੀ ਜਾਂਦਾ। ਉਹ ਨਹੀਂ ਨਹੀਂ, ਉਹ ਤਾਂ ਮੇਰਾ ਜਿਗਰੀ ਯਾਰ ਆ, ਜਿਗਰੀ ਯਾਰ। ਹਾਂ ਇਹੋ ਜਿਹੇ ਜਿਗਰੀ ਯਾਰ ਨਾ ਜਨਾਨੀਆਂ ਨੂੰ ਭਜਾ ਕੇ ਲੈ ਜਾਂਦੇ ਨੇ, ਅਤੇ ਆਮ ਬੰਦੇ ਨੂੰ ਕਿੱਥੇ ਭੇਤ ਆਉਂਦਾ। ਉਹ ਨਹੀਂ, ਉਹ ਇਹੋ ਜਿਹਾ ਬੰਦਾ ਨਹੀਂ ਹੈਗਾ, ਉਹ ਤਾਂ ਮੇਰਾ ਵੱਡਾ ਭਾਈ ਆ। ਤੁਹਾਨੂੰ ਨਹੀਂ ਪਤਾ ਜੀ, ਉਹ ਮੈਨੂੰ ਰੋਜ਼ ਛੇੜਦਾ ਫੋਨ ਕਰ ਕਰਕੇ, ਕਹਿੰਦਾ ਤੇਰਾ ਘਰ ਵਾਲਾ ਤਾਂ ਨਾ ਭੋਲਾ ਭਾਲਾ, ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਫੁੱਲ ਐਸ਼ ਕਰਾਊਂਗਾ। ਨਾਲੇ ਜੀ ਵਾਰ ਵਾਰ ਨਾ ਫੋਨ ਕਰਕੇ ਇਹ ਵੀ ਕਹਿੰਦਾ ਸੀ ਵੀ ਮੇਰੀ ਤਾਂ ਤਨਖਾਹ ਵੀ ਤੇਰੇ ਘਰ ਵਾਲੇ ਨਾਲ ਜ਼ਿਆਦਾ ਹੈ। ਹਾਂ ਤਨਖਾਹ ਤਾਂ ਉਹਦੀ ਮੇਰੇ ਨਾਲੋਂ ਜ਼ਿਆਦਾ, ਕਿਤੇ ਸੱਚਿਓ ਤਾਂ ਨਹੀਂ ਇਹਨੂੰ ਲਾਲਚ ਦੇਣ ਲੱਗ ਗਿਆ। ਉਹਨੇ ਤੈਨੂੰ ਕਦੇ ਪੈਸੇ ਤਾਂ ਨਹੀਂ ਦਿੱਤੇ? ਹਾਂ ਇੱਕ ਦੋ ਵਾਰੀ ਨਾ 1,000-2,000 ਦੇ ਕੇ ਗਿਆ, ਨਾਲੇ ਕਹਿੰਦਾ ਸੀ ਵੀ ਇਹ ਉਧਾਰ ਨਹੀਂ ਹੈਗੇ ਵੀ ਮੈਂ ਤੈਨੂੰ ਫ੍ਰੀ ਦੇ ਰਿਹਾ। ਹਾਂ ਸੱਚ, ਉਹ ਇਹ ਵੀ ਕਹਿੰਦਾ ਸੀ ਵੀ ਆਪਣੇ ਘਰ ਵਾਲੇ ਨੂੰ ਨਾ ਦੱਸੀ। ਅੱਛਾ, ਤਾਂ ਹੀ ਉਹ ਤੈਨੂੰ ਮੇਰੇ ਨਾਲ ਲੜਾ ਕੇ ਰੱਖਦਾ ਵੀ ਤੈਨੂੰ ਉਹ ਮੇਰੇ ਤੋਂ ਖੋ ਸਕੇ। ਲੈ ਹੋਰ, ਤੂੰ ਤਾਂ ਕਮਲਾ ਐਵੇਂ ਖਾਮ ਖਾ ਉਹਦੇ ਮਗਰ ਲੱਗ ਕੇ ਨਾ ਮੇਰੇ 'ਤੇ ਸ਼ੱਕ ਕਰੀ ਜਾਂਦਾ। ਮੈਨੂੰ ਤਾਂ ਹੁਣ ਸਮਝ ਆਈ ਆ ਵੀ ਉਹ ਤੇਰੇ 'ਤੇ ਅੱਖ ਰੱਖੀ ਫਿਰਦਾ, ਹਾਲੇ ਵੀ ਟਾਈਮ ਨਾਲੇ ਬਚਾ ਹੋ ਗਿਆ, ਨਹੀਂ ਤਾਂ ਉਹ ਲੈ ਗਿਆ ਸੀ ਮੇਰੇ ਗੋਲ ਗੱਪੇ ਨੂੰ। ਸਕੀਮ ਤਾਂ ਮੈਨੂੰ ਰੋਜ਼ ਨਿੱਤ ਨਵੀਂ ਦੇ ਕੇ ਤੋਰਦਾ, ਪਤਾ ਨਹੀਂ ਘਰੇ ਜਾ ਕੇ ਵਰਤਦਾ ਕਿ ਨਹੀਂ, ਅੱਜ ਘਰੇ ਜਾ ਕੇ ਦੇਖਦਾ ਉਹਦੇ।
आओ जी ओ देखो थोड़ा यार कि आ रहा चोरी चोरी चोरा वाग। अच्छा हुण पानी सिर तो टप्पण नूं फिरदा कोई गल नहीं आउण दे नूं अंदर अज बन मारना ही पऊ नूं। बैठो मैं बना के लिया चाह। रामजादे ने ला ला के उंगलां उस लाई लग नूं मेरी जिंदगी नरक बनाती सी अज लो बदले तो गिण गिण के पब्बी लिया चाह हुण मलाई मार के मेथों नहीं सबर हुंदा फिर तो मुंह च पानी आया पिया। अज तो बाद ना किसी का घर पटन तो पहला 100 बार सोचूगा। सही गल चल डार्लिंग तेन घुमा के लिया सची मुची चलो फिर चलो। बोलती भी बंद हो जाती है चल दी नब्ज़ खलो जाती।